ਆਪਾਂ ਜਾ ਰਹੇ ਹਾਂ ਆਪਣੇ ਬਾਗ 'ਚ ਸਪਰੇ ਕਰਨ। ਦੇਖ ਲਓ ਜੀ ਆਪਣੀ ਸਪਰੇ ਆ ਟਾਰਾ ਲੈਮਡ ਅਤੇ ਨਾਲ M45। ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ, ਸਵਾਗਤ ਕਰਦੇ ਹਾਂ ਤੁਹਾਡਾ ਆਪਣੀ ਅੱਜ ਦੀ ਇੱਕ ਨਵੀਂ ਵੀਡੀਓ 'ਚ। ਅਤੇ ਅੱਜ ਆਪਾਂ ਆਏ ਹੋਏ ਹਾਂ ਜੀ ਆਪਣੇ ਕਿੰਨੂ ਦੇ ਬਾਗ 'ਚ। ਤੁਸੀਂ ਦੇਖ ਸਕਦੇ ਹੋ ਜੀ ਬਾਗ ਫਟਾਰਾ ਕਰ ਰਿਹਾ, ਤੁਹਾਨੂੰ ਦਿਖਾ ਦਈਏ ਵੀ ਫਲ ਵੀ ਕਾਫੀ ਚੰਗਾ ਆ ਰਿਹਾ ਬਾਗ ਨੂੰ। ਦੇਖ ਲਓ ਜੀ ਤੁਸੀਂ ਬੂਟੇ ਭਰੇ ਪਏ ਆ। ਆਹ ਦੇਖੋ ਜੀ ਜਿਵੇਂ ਆਹ ਫੁੱਲ ਹੈ, ਆਹ ਫੁੱਲ ਹੈ, ਆਹ ਫੁੱਲ ਨੇ ਸਾਰੇ, ਆਹ ਫੁੱਲ ਨੇ। ਇਹਨਾਂ ਵਿੱਚੋਂ ਕੁਛ ਕੁ ਫੁੱਲ ਡਿੱਗ ਜਾਂਦੇ ਹੁੰਦੇ ਆ ਅਤੇ ਕੁਛ ਨੂੰ ਫਲ ਬਣ ਜਾਂਦਾ ਹੁੰਦਾ, ਅਤੇ ਕਿਉਂਕਿ ਕੁਛ ਕੁ ਫੋਕੇ ਫੁੱਲ ਹੁੰਦੇ ਬਸ ਜਿਨ੍ਹਾਂ ਨੂੰ ਮੇਲ ਫਲਾਵਰ ਕਹਿ ਦਿੰਦੇ ਆ। ਅਤੇ ਬਾਕੀ ਜਿਹੜਾ ਫੁੱਲ ਫਲ ਬਣਨਾ ਹੁੰਦਾ ਉਹ ਰਹਿ ਜਾਂਦਾ, ਬਾਕੀ ਸਾਰੇ ਟਾਈਮ ਸਿਰ ਖਿੜ ਕੇ ਅਤੇ ਜਦੋਂ ਦੂਜਾ ਫਲ ਬਣ ਜਾਂਦਾ ਉਦੋਂ ਉਹ ਡਿੱਗ ਜਾਂਦੇ ਆ ਟਾਈਮ 'ਤੇ। ਦੇਖ ਲਓ ਜੀ ਫਟਾਰਾ ਕਾਫੀ ਵਧੀਆ ਬਾਗ 'ਚ ਅਤੇ ਫਲ ਵੀ ਕਾਫੀ ਵਧੀਆ ਆ ਰਿਹਾ ਆਪਣੇ ਬਾਗ 'ਚ। ਅਤੇ ਮਹਾਰਾਜ ਸਭ ਦੇ ਮਿਹਰ ਰੱਖੇ। ਅਤੇ ਦੇਖੋ ਜੀ ਫਟਾਰਾ ਚੈੱਕ ਕਰੋ ਜੀ, ਫਟਾਰਾ ਬਹੁਤ ਵਧੀਆ ਹੋ ਗਿਆ। ਆਪਾਂ ਕਰਤੀਆਂ ਜੀ ਦੋ ਸਪਰੇਆਂ, ਇੱਕ ਪਹਿਲਾਂ ਫੈਨਵਸ ਕਰਤੀ ਸੀ ਜਿਹਨੂੰ ਫੈਨੁਅਲ ਰੇਟ 20% ਵਾਲੀ ਆਉਂਦੀ ਆ, ਅਤੇ ਦੂਜੀ ਸਪਰੇ ਆਪਾਂ ਕਟਾਰਾ ਲੈਮੜਾ ਦੀ ਕਰਤੀ ਸੀ। ਅੱਜ ਆਪਾਂ ਚਾਚਾ ਜੀ ਦੇ ਕਰਨ ਆਏ ਹੋਏ ਹਾਂ, ਆਪਣੇ ਵਾਲੇ ਪਾਸੇ ਆਪਾਂ ਕਰ ਰੱਖੀ ਹੈ। ਤੁਹਾਨੂੰ ਇੱਧਰ ਅੰਦਰ ਵੀ ਦਿਖਾ ਦਿੰਦਾ ਵੀ ਜਿੱਥੇ ਕਿਤੇ ਸਿੱਲਾ ਹੋਊਗਾ ਮੈਂ ਤੁਹਾਨੂੰ ਉੱਥੇ ਵੀਡੀਓ ਦਿਖਾਊਂਗਾ, ਬਣੇ ਰਹੋ ਤੁਸੀਂ ਵੀਡੀਓ ਦੇ ਨਾਲ। ਆਹ ਦੇਖੋ ਜੀ ਆਪਾਂ ਨੂੰ ਬੂਟਾ ਮਿਲਿਆ, ਜਿਵੇਂ ਆਹ ਦੇਖੋ ਜੀ ਆਹ ਜਿਹੜਾ ਨਵਾਂ ਫਟਾਰਾ ਆ ਰਿਹਾ ਇਹ ਕਿਵੇਂ ਪੱਤਾ ਮੁੜ ਜੇ ਗਿਆ ਜੀ, ਜ਼ੂਮ ਨਹੀਂ ਹੋ ਰਿਹਾ, ਫੋਕਸ ਨਹੀਂ ਕਰ ਰਿਹਾ, ਆਹ ਦੇਖੋ ਜੀ ਠੀਕ ਹੈ ਜੀ ਆਹ ਪੱਤਾ ਮੁੜਿਆ ਹੋਇਆ। ਅਤੇ ਆਹ ਦੇਖੋ ਜਿਵੇਂ ਆਹ ਪੱਤਾ ਜਿਵੇਂ ਆਹ ਪੱਤਾ ਇਹ ਦੇਖੋ ਇੱਕ ਸਾਈਡ ਨੂੰ ਮੁੜ ਗਿਆ, ਆਹ ਚੀਜ਼ ਇੱਥੋਂ ਕੁਬਜਾ ਪੈ ਗਿਆ ਇਹਦੇ ਪੱਤੇ 'ਤੇ, ਇਹ ਵੱਡੀ ਨਿਸ਼ਾਨੀ ਹੁੰਦੀ ਹੈ ਜੀ ਵੀ ਸਿੱਲਾ ਹੈਗਾ। ਤੁਹਾਨੂੰ ਇਹ ਸਿੱਲਾ ਦਿਖਾਉਣਾ ਇੱਥੇ ਮੈਂ ਹੁਣੇ ਦੇਖਿਆ, ਆਹ ਬੈਠਾ ਜੀ ਆਹ ਦੇਖ ਲਓ ਜੀ ਆਹ ਬੈਠਾ, ਇਹ ਇੱਕ ਫੀਮੇਲ ਹੈ ਜੀ ਸਿੱਲੇ ਦੀ, ਇਹਦੇ ਢਿੱਡ 'ਚ ਆਂਡੇ ਹੈ, ਇਹ ਆਂਡੇ ਦੇਣ ਨੂੰ ਤਿਆਰ ਹੈ ਇਸ ਟਾਈਮ 'ਤੇ, ਖੱਟੀ ਜੀ ਹੋਈ ਪਈ ਹੈ ਅਤੇ ਇਹਨੇ ਦੋ ਤਿੰਨ ਥਾਵੇਂ ਆਂਡੇ ਦਿੱਤੇ ਵੀ ਹੋਏ ਆ। ਇੱਥੇ ਪੱਤਾ ਸੀਗਾ ਜੇ ਮੈਨੂੰ ਦਿਖਿਆ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਊਂਗਾ। ਆਹ ਦੇਖੋ ਜੀ ਤੁਹਾਨੂੰ ਦਿਖਾਉਣੇ ਆ ਇਹਦੇ ਆਂਡੇ, ਜਿਹੜਾ ਆਹ ਪੱਤੇ ਦੇ ਉੱਤੇ ਖਟਿਆਈ ਜੀ ਆਈ ਹੋਈ ਹੈ ਜੀ ਆਹ ਥਾਂ 'ਤੇ, ਇਹ ਦਰਅਸਲ 'ਚ ਇਹਦੇ ਆਂਡੇ ਆ ਜੀ, ਇਹ ਥੋੜ੍ਹੇ ਥੋੜ੍ਹੇ ਨਿੱਕੇ ਨਿੱਕੇ ਆਂਡੇ ਜੇ ਦਿੰਦੀ ਹੈ ਬਸ, ਇਹ ਕੈਮਰੇ 'ਚ ਫੋਕਸ ਨਹੀਂ ਹੋ ਰਿਹਾ ਜੀ ਚੰਗੀ ਤਰ੍ਹਾਂ, ਨਹੀਂ ਤਾਂ ਤੁਹਾਨੂੰ ਦਿਖਾ ਦੇਣਾ ਸੀ। ਅਤੇ ਇੱਕ ਸਰ ਨਾ ਵੱਡੀ ਨਿਸ਼ਾਨੀ ਇਹਦੀ ਬਸ ਆਹੀ ਹੈ ਜੀ, ਜਿਵੇਂ ਆਹ ਪੱਤਾ ਹੈ ਆਹ ਪੱਤੇ ਤੁਸੀਂ ਇੱਥੋਂ ਆਹ ਦੇਖੋ ਜੀ ਆਹ ਲੱਕ ਜਿਹਾ ਟੁੱਟਿਆ ਜਿਹਾ ਹੋਇਆ ਇੱਥੋਂ, ਇਹ ਸਿੱਲਾ ਐਂ ਕਰਦਾ ਜੀ ਬਸ ਪੱਤੇ ਵਿੰਗੇ ਕਰ ਦਿੰਦਾ ਸਾਰੇ, ਅਤੇ ਫਲ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਕਰਦਾ, ਬੂਟਾ ਹੀ ਖਤਮ ਹੋ ਜਾਂਦਾ ਜੇ ਜ਼ਿਆਦਾ ਸਿੱਲਾ ਪੈ ਜੇ ਬੂਟੇ ਨੂੰ। ਆਹ ਹੈਗੀ ਹੈ ਜੀ ਆਪਣੀ ਲੇਡੀ ਬੱਗ, ਇਹ ਆਪਾਂ ਨੂੰ ਕੋਈ ਨੁਕਸਾਨ ਨਹੀਂ ਕਰਦੀ, ਇਹ ਸਗੋਂ ਸਿੱਲੇ ਨੂੰ ਖਾਂਦੀ ਹੈ ਜੀ, ਅਤੇ ਜਿਹੜੀ ਆਪਾਂ ਅਕਟਾਰਾ ਕਰਾਂਗੇ ਉਹਦੇ ਨਾਲ ਇਹ ਨਹੀਂ ਮਰਦੀ, ਲੈਮੜਾ ਦੇ ਨਾਲ ਵੀ ਇਹ ਨਹੀਂ ਮਰਦੀ ਅਤੇ ਬਚਾ ਰਹਿ ਜਾਂਦਾ ਇਹਦਾ ਕੁਛ ਹੱਦ ਤੱਕ। ਅਤੇ ਮੱਕੜੀਆਂ ਵੀ ਅਕਟਾਰਾ ਨਾਲ ਨਹੀਂ ਮਰਦੀਆਂ, ਲੈਮੜਾ ਥੋੜ੍ਹਾ ਜਿਹਾ ਮੱਕੜੀਆਂ 'ਤੇ ਕਰਦੀ ਹੈ ਜੀ ਅਸਰ, ਪਰ ਉਹ ਠੀਕ ਹੋ ਜਾਂਦਾ ਕੋਈ ਚੱਕਰ ਵਾਲੀ ਗੱਲ ਨਹੀਂ। ਆਹ ਦੇਖੋ ਜੀ ਇੱਕ ਸਿੱਲਾ ਆ ਬੈਠਾ ਹੋਇਆ ਇੱਥੇ, ਦੇਖ ਸਕਦੇ ਤੁਸੀਂ ਆ ਟਾਹਣੀ ਦੇ ਉੱਤੇ ਬੈਠਾ ਹੋਇਆ, ਜਿਵੇਂ ਕਿ ਤੁਹਾਨੂੰ ਦਿਖਾਇਆ ਜੀ ਦੂਜੀ ਵੀਡੀਓ 'ਚ ਵੀ ਸਿੱਲਾ ਹੈਗਾ ਚਾਚਾ ਜੀ ਵਾਲੀ ਸਾਈਡ 'ਤੇ। ਆਪਣੇ ਵਾਲੀ ਸਾਈਡ ਦੇਖ ਲਓ ਸਾਰੇ ਬੂਟੇ ਸਾਫ਼ ਹੈ, ਜਿਹੜਾ ਕੋਈ ਸਿੱਲਾ ਹੈਗਾ ਉਹ ਮਰਿਆ ਹੋਇਆ ਉਸੇ ਥਾਂ 'ਤੇ ਹੀ ਖੜ੍ਹਾ ਹੋਇਆ ਅਤੇ ਮਰ ਗਿਆ, ਉਹਨੂੰ ਟੱਚ ਕਰਦੇ ਨਾਲ ਦੀ ਨਾਲ ਥੱਲੇ ਡਿੱਗ ਜਾਂਦਾ, ਦੂਜੇ ਸਿੱਲੇ ਨੂੰ ਤੁਸੀਂ ਟੱਚ ਕਰੋਗੇ ਉਹ ਡਿੱਗਦਾ ਨਹੀਂ ਜੀ, ਉਹ ਉੱਥੇ ਹੀ ਥਾਂ 'ਤੇ ਘੁੰਮ ਜਾਂਦਾ ਟਾਹਣੀ ਦੇ ਉੱਤੇ। ਅਤੇ ਫਟਾਰਾ ਬਹੁਤ ਵਧੀਆ ਆ ਗਿਆ,
ਉਹ ਆ ਗਿਆ ਭਾਊ ਆਪਣਾ ਟਰੈਕਟਰ ਲੈ ਕੇ, ਤੁਹਾਨੂੰ ਸਪਰੇਅ ਦਿਖਾ ਦਈਏ। ਇਹ ਜੀ ਅਕਟਾਰਾ ਸਜੈਂਟਾ ਦੀ ਥਾਈਮੋਕਸੋਮ 25%, ਠੀਕ ਹੈ ਜੀ। ਇਹ ਪਾਉਣੀ ਆਪਾਂ 0.5 ਗ੍ਰਾਮ ਲੀਟਰ ਦੀ, ਅਤੇ ਇਹਦੇ ਨਾਲ ਆਪਾਂ ਪਾਉਣੀ ਹੈ ਜੀ ਲੈਂਬੜਾ। ਆ ਰਹੀ ਜੀ ਸਜੈਂਟਾ ਦੀ ਲੈਂਬੜਾ ਕਰਾਟੇ। ਆਪਾਂ ਵੀ ਅਕਟਾਰਾ ਕੀਤੀ ਹੈ ਅਤੇ ਨਾਲ ਕਰਾਟੇ ਕੀਤੀ, 0.5 ਗ੍ਰਾਮ, 0.5 ਗ੍ਰਾਮ ਅਕਟਾਰਾ, 0.5 ਗ੍ਰਾਮ ਲੈਂਬੜਾ, ਅਤੇ ਨਾਲ ਆਪਾਂ ਪਾਇਆ ਜੀ 1 ਗ੍ਰਾਮ ਮੈਨਕੋ ਜੇਬ ਦਾ, ਜਿਹਨੂੰ ਕਿ ਆਪਾਂ M45 ਵੀ ਕਹਿ ਦਿੰਦੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਇਹ ਜੀ UPL ਕੰਪਨੀ ਦਾ M45। ਇਹ ਪਾਉਣਾ 1 ਗ੍ਰਾਮ ਦੀ ਡੋਜ਼, ਅਤੇ ਉਹ ਖੜਾ ਜੀ ਭਾਊ, ਭਾਊ ਸਪਰੇਅ ਕਰਨ ਲੱਗਾ। ਚਲੋ ਜੀ ਤੁਹਾਨੂੰ ਸਪਰੇਅ ਤੋਂ ਬਾਅਦ ਦਿਖਾਵਾਂਗੇ ਰਿਜ਼ਲਟ।